ਸਤਿ ਸ੍ਰੀ ਅਕਾਲ ਜੀ। ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਜੋ ਕਿ ਤੁਹਾਨੂੰ ਆਉਣ ਵਾਲੀ ਨਵੀਂ ਫਿਲਮ ਦੀ ਪੂਰੀ ਜਾਣਕਾਰੀ ਮਿਲ ਸਕੇ। ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਫਿਲਮ ਇੰਡਸਟਰੀ ਦੇ ਸਟਾਰ ਦੀ ਜੋ ਸਿੰਗਰ, ਐਕਟਰ ਅਤੇ ਪ੍ਰੋਡਿਊਸਰ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਐਮੀ ਵਿਰਕ ਦੀ, ਜੋ ਅੱਜ ਕੱਲ ਆਪਣੀਆਂ ਆਉਣ ਵਾਲੀਆਂ ਨਵੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜੀ ਨੇ। ਨਿੱਕਾ ਜੈਲਦਾਰ 1, ਨਿੱਕਾ ਜੈਲਦਾਰ 2, ਮੁਕਲਾਵਾ ਅਤੇ ਕਿਸਮਤ ਵਰਗੀਆਂ ਫਿਲਮਾਂ ਜੋ ਬਹੁਤ ਹੀ ਵਧੀਆ ਰਹੀਆਂ ਸੀ। ਉਹਨਾਂ ਦੇ ਫੈਨਸ ਨੇ ਇਹਨਾਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ। ਇਹਨਾਂ ਫਿਲਮਾਂ ਦੀ ਸਕਸੈਸ ਤੋਂ ਬਾਅਦ ਐਮੀ ਵਿਰਕ ਨੇ ਆਪਣੀ ਆਉਣ ਵਾਲੀ ਇੱਕ ਹੋਰ ਨਵੀਂ ਫਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਇਸ ਫਿਲਮ ਦਾ ਨਾਮ ਪਵਾੜਾ ਹੋਏਗਾ। ਇਸ ਫਿਲਮ ਦੀ ਜਾਣਕਾਰੀ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਚੈੱਕ ਕਰੋ ਇਹ ਪੋਸਟ। ਇਸ ਫਿਲਮ ਵਿੱਚ ਸਾਨੂੰ ਐਮੀ ਵਿਰਕ ਨਾਲ ਸੋਨਮ ਬਾਜਵਾ ਨਜ਼ਰ ਆਉਣਗੇ। ਇਹਨਾਂ ਦੋਨਾਂ ਤੋਂ ਇਲਾਵਾ ਹਲੇ ਹੋਰ ਸਟਾਰ ਕਾਸਟ ਬਾਰੇ ਤਾਂ ਕੁਝ ਨਹੀਂ ਦੱਸਿਆ। ਇਹ ਫਿਲਮ ਰੁਪਿੰਦਰ ਚਾਹਲ ਦੁਆਰਾ ਡਾਇਰੈਕਟ ਕੀਤੀ ਜਾਵੇਗੀ। ਇਸ ਨੂੰ A&A ਐਡਵਾਈਜ਼ਰ ਅਤੇ ਬਰਾਡ ਫਿਲਮਸ ਪ੍ਰੋਡਕਸ਼ਨ ਪ੍ਰੈਜੈਂਟ ਕਰਨਗੇ। ਇਹ ਫਿਲਮ 12 ਜੂਨ 2020 ਨੂੰ ਰਿਲੀਜ਼ ਕੀਤੀ ਜਾਏਗੀ। ਲਓ ਜੀ, ਦੇਖਦੇ ਹਾਂ 12 ਜੂਨ 2020 ਨੂੰ ਇਸ ਫਿਲਮ ਵਿੱਚ ਕੀ ਪਵਾੜਾ ਪੈਣ ਜਾ ਰਿਹਾ ਹੈ। ਇਹ ਤਾਂ ਸਾਨੂੰ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਇਸ ਫਿਲਮ ਦੀ ਵੇਟ ਕੌਣ ਕੌਣ ਕਰ ਰਿਹਾ ਹੈ ਸਾਨੂੰ ਕਮੈਂਟ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਣਾ, ਅਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਨੋਟੀਫਿਕੇਸ਼ਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਨਿਊ ਫਿਲਮ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।